ਇੱਕ ਭਾਰਤ ਬਣ ਗਿਆ, ਹਿੰਦੁਸਤਾਨ ਬਣ ਗਿਆ, ਪਰ ਅੰਗਰੇਜ਼ ਜਾਂਦੇ ਹੋਏ ਅਜਿਹਾ ਬੀਜ ਸੁੱਟ ਗਏ ਜਿਹੜਾ ਫੁੱਟ ਦਾ ਬੀਜ ਸੀ, ਅਤੇ ਦੋ ਪਰਿਵਾਰ ਆਪਸ ਵਿੱਚ ਵਿਛੜ ਗਏ। ਭਾਰਤ ਵਾਲੇ ਲੋਕ ਪਾਕਿਸਤਾਨ ਚਲੇ ਗਏ, ਜਿਹੜੇ ਮੁਸਲਮਾਨ ਪਰਿਵਾਰ ਸਨ ਅਤੇ ਜਿਹੜੇ ਹਿੰਦੂ ਪਰਿਵਾਰ ਸਨ ਜਾਂ ਸਿੱਖ ਪਰਿਵਾਰ ਸਨ, ਉਹ ਪਾਕਿਸਤਾਨ ਯਾਨੀ ਕਿ ਚੜ੍ਹਦੇ ਪੰਜਾਬ ਤੋਂ ਲਹਿੰਦੇ ਵਾਲੇ ਆ ਕੇ ਵੱਸ ਗਏ। ਅੱਜ ਇੱਕ ਦਰਦ 1947 ਦੀ ਗਾਥਾ ਤੁਹਾਨੂੰ ਜਿਹੜੀ ਹੈ ਹੋਰ ਦਿਖਾਉਣ ਲੱਗੇ ਹਾਂ। ਬਜ਼ੁਰਗ ਸਾਡੇ ਨਾਲ ਹੈਗੇ ਆ, ਉਮਰ ਲਗਭਗ 94 ਸਾਲ ਹੈ। ਜਦੋਂ ਦੇਸ਼ ਦੀ ਵੰਡ ਹੋਈ ਹੈ ਤਾਂ ਉਸ ਸਮੇਂ ਉਮਰ ਇਹਨਾਂ ਦੀ 17 ਸਾਲ ਦੇ ਕਰੀਬ ਦੀ ਉਮਰ ਸੀ। ਅਤੇ ਗੱਲਬਾਤ ਕਰ ਲੈਂਦੇ ਹਾਂ ਬਾਪੂ ਜੀ ਸਾਡੇ ਨਾਲ। ਬਾਪੂ ਜੀ ਕੀ ਨਾਮ ਹੈ ਜੀ ਆਪਣਾ? ਬਾਗ ਰਾਮ ਮੇਰੇ ਨਾਮ। ਬਾਪੂ ਬਾਗ ਰਾਮ ਜੀ, ਅੱਜ ਆਪਾਂ ਕਿਹੜੇ ਪਿੰਡ ਬੈਠੇ ਹੈਗੇ ਹਾਂ ਅਤੇ ਪੁਰਾਣਾ ਪਿੰਡ ਆਪਣਾ ਪਾਕਿਸਤਾਨ ਵਿੱਚ ਕਿਹੜਾ ਪਿੰਡ ਸੀ ਅਤੇ ਕਿਸ ਨਾਮ 'ਤੇ ਸੀ? ਅੱਜ ਬੈਠੇ ਬਾਜੇ ਕੀ ਪਿੰਡ ਹੈ, ਗੁਰੂ ਸਾਹਿਬ ਦੇ ਹਲਕੇ 'ਚ ਜੀ, ਅਤੇ ਪਾਕਿਸਤਾਨ ਖੋਤੀਪੁਰਾ ਪਿੰਡ ਹੈ। ਖੋਤੀਪੁਰਾ, ਹਾਂ, ਬੁੰਮਰ ਸ਼ਾਹ ਦੇ ਲਾਗੇ। ਪੁੰਮਣ ਸ਼ਾਹ ਦਪਾਲਪੁਰ ਦੇ ਲਾਗੇ, ਹਾਂ, ਲਾਗੇ। ਅਤੇ ਖੋਤੀਪੁਰ ਨੂੰ ਕੁਝ ਹੋਰ ਵੀ ਕਹਿੰਦੇ ਸੀ ਉਸ ਸਮੇਂ ਕਿ ਹੁਣ ਸਮੇਂ? ਕਹਿੰਦੇ ਆ ਖੋਤੀਪੁਰ ਨੂੰ ਚੱਕ 45 ਕਰਨਪੁਰ, ਠੀਕ ਹੈ, ਇਹ ਖੋਤੀਪੁਰ ਨੂੰ ਨਾਂ ਰੱਖਿਆ ਹੋਇਆ। ਅਤੇ ਜਦੋਂ ਦੇਸ਼ ਦੀ ਵੰਡ ਹੋਈ ਹੈ ਕਿੰਨੀ ਉਮਰ ਸੀ, ਸੰਭਾਲਾ ਸੀ ਤੁਹਾਨੂੰ? ਪੂਰਾ ਸੰਭਾਲਿਆ, 17 ਸਾਲ ਦੀ ਉਮਰ ਆਈ ਉਸਦੇ ਮੇਰੀ। ਅੱਛਾ ਜੀ। ਜਿਹੜੇ ਦੇ ਪਾਕਿਸਤਾਨ ਨੂੰ ਨਿਕਲਿਆ, ਠੀਕ ਹੈ, ਅਤੇ ਬਸ ਮੁੜਾ ਗਾ ਵੇਹਦੇ ਆਇਆ ਸਮਾਸ਼ਾ ਤਾਂ ਸਾਰਾ ਬਹੁਤ ਕੁਛ ਵੇਖਿਆ। ਜਦੋਂ ਵੰਡ ਹੋਈ ਹੈ ਪਿੰਡ ਦੇ ਵਿੱਚ ਉਦੋਂ ਕਿਹੜੇ ਕਿਹੜੇ ਜਿਹੜੀਆਂ ਹੈਗੀਆਂ ਸੀ ਜਾਤਾਂ ਰਹਿੰਦੀਆਂ ਹੈਗੀਆਂ ਸੀ? ਮੁਸਲਮਾਨ ਸਨ, ਜੱਟ ਸਿੱਖ ਸਨ, ਜਿੱਦਾਂ ਤੁਸੀਂ ਦੱਸਦੇ ਕੰਬੋਜ ਸਿੱਖ ਜ਼ਿਆਦਾ ਸਨ। ਹਾਂ, ਕੰਬੋਜ ਸਿੱਖ ਜ਼ਿਆਦਾ ਸਨ, ਅਤੇ ਰਾਤ ਹਾਈ ਕੋਨੀ, ਠੀਕ ਹੈ, ਸਾਰਾ ਕੰਬੋਆਂ ਦਾ ਪਿੰਡ ਆ ਖੋਤੀਪੁਰ। ਖੋਤੀਪੁਰ ਕੰਬੋਆਂ ਦਾ ਪਿੰਡ, ਹਾਂ। ਅਤੇ ਜ਼ਮੀਨ ਭੋਏ ਪਿੰਡ ਦੀ ਚੰਗੀ ਸੀ, ਵਾਹੀ ਯੋਗ ਸੀ, ਪੈਲੀ ਕਿੱਦਾਂ ਦਾ ਰਕਬਾ ਸੀ? ਬੜੀ ਚੰਗੀ ਪੈਲੀ, ਬੜੇ ਖੂਹਾਂ ਦੀ ਵਾਹੀ ਵੀ, ਅਤੇ ਰੇਹ ਦਾ ਪਾਣੀ ਵੀ ਲੱਗਦਾ। ਅੱਛਾ, ਰੇਹ ਦਾ ਪਾਣੀ। ਕਿਹੜੀ ਨਹਿਰ ਵਗਦੀ ਸੀ ਉਦੋਂ? ਨਹਿਰ ਸੁਹਾਗ ਨਹਿਰ ਵਗਦੀ ਆਈ, ਅਤੇ ਇੱਕ ਬੁੰਮਣ ਸ਼ਾਹ ਉਹਦਾ ਨਾਂ ਕੋਈ ਨਹੀਂ, ਰਜਵਾਇਆ ਛੋਟਾ ਜਿਹਾ, ਜਿਹੜਾ ਬੁੰਮਣ ਸ਼ਾਹ ਦੇ ਲੰਘਦਾ ਸੀ। ਉਹ ਬੁੰਮਣ ਸ਼ਾਹ ਦੇ ਤਾਂ ਸਾਡੇ ਪਿੰਡ ਦੇ ਵਿੱਚੋਂ ਲੰਘਦਾ। ਅਤੇ ਜਿਹੜੇ ਇਹ ਗੋਲੂਗਾ ਮੋੜ ਵਾਲੇ ਬੈਠੇ ਆ, ਇਹ ਤੁਹਾਡੇ ਉੱਥੇ ਨਾਲ ਲਾਲੇ ਵਾਲੇ ਰਹਿੰਦੇ ਸੀ? ਇਹ ਲਾਲੇ ਵਾਲੇ ਦੇ ਹਨ ਜਿਹੜੇ ਗੋਲੂ ਕੇ ਬੈਠੇ ਨੇ। ਹਾਂ, ਸਾਡਾ ਪਿੰਡ ਵੀ ਇੱਕ ਘਰ ਹੈ ਲਾਲੇ ਵਾਲੇ ਦਾ। ਤੁਹਾਡੇ ਪਿੰਡ ਵੀ ਹੈਗਾ? ਹਾਂ, ਹੈਗਾ। ਅਤੇ ਲਾਲੇ ਵਾਲੇ ਬਾਬਾ ਜਿਹੜਾ ਹੈਗਾ ਜੀ, ਬਚਨ ਸਿੰਘ ਦਾ ਡੇਰਾ ਸੀ, ਡੇਰਾ ਭੈਣਗੜ੍ਹ ਸੀ, ਉੱਥੇ ਵੀ ਪੂਰੀ ਸ਼ਰਧਾ ਸੀ ਉਸ ਸਮੇਂ? ਬੜੀ ਸ਼ਰਧਾ ਹੈ, ਬੜੀ, ਸਾਡੇ ਉੱਥੇ ਮੱਥਾ ਟੇਕਣ 'ਤੇ ਜਾਂਦੇ ਆ ਸਾਡੇ ਬੰਦੇ, ਠੀਕ ਹੈ। ਹਾਂ, ਕਹਿੰਦੇ ਲਾਲੇ ਵਾਲੇ ਦੇ ਜੇ ਇੱਕ ਦਰਗਾਹ ਹੈਗੀ ਉੱਥੇ ਮੇਲਾ ਲੱਗਦਾ, ਉਹ ਵੀ ਕਮੋ ਮੇਲਾ ਲਵਾਉਂਦੇ ਸੀ। ਅੱਜ ਕੱਲ੍ਹ ਰਿਆਜ਼ ਡੋਗਰ ਵਾਰੀ ਉਸ ਪਿੰਡ 'ਚ ਰਹਿ ਰਹੇ ਨੇ, ਗੱਲਬਾਤ ਉੱਥੇ ਮੈਂ ਗਿਆ ਨਹੀਂ ਹੈ, ਉੱਥੇ ਤਾਂ ਸੁਣਦੇ ਆ ਵੀ ਲਾਲੇ ਵਾਲੇ ਮੇਲਾ ਹੈ ਅੱਜ ਹੀ, ਬੰਦੇ ਸਾਡੇ ਜਾਂਦੇ ਆ ਵੱਡੇ, ਮੈਂ ਨਹੀਂ ਗਿਆ ਉੱਥੇ। ਤੁਸੀਂ ਨਹੀਂ ਗਿਆ, ਵੱਡੇ ਜਾਂਦੇ ਸੀ? ਉਂਝ ਮੈਂ ਚੌਥੀ ਪੜ੍ਹਦਾ ਜਿਹੜੇ ਉੱਥੇ, ਮਤਲਬ ਪਾਕਿਸਤਾਨ 'ਚ ਆਪਣੇ ਖੋਤੀਪੁਰ ਨਿਕਲਿਆ ਨਾ, ਚੌਥੀ ਪੜ੍ਹਦਾ ਮੈਂ। ਅੱਛਾ, ਅਤੇ ਕੋਈ ਬਚਪਨ ਦੇ ਯਾਰ ਬੇਲੀ ਜਿਹੜੇ ਹੈਗੇ ਸੀ ਸਾਰੇ ਫਿਰ ਇੱਧਰ ਹੀ ਆ ਗਏ? ਸਭ ਇੱਧਰ ਹੀ ਆ ਗਏ, ਉਹਦੇ ਕੋਈ ਨਹੀਂ ਰਿਹਾ, ਉਹਦੇ ਕੋਈ ਨਹੀਂ ਰਿਹਾ। ਹਾਂ, ਅਤੇ ਜਦੋਂ ਉੱਧਰੋਂ ਆਪਾਂ ਇੱਧਰ ਆਏ ਅਤੇ ਰਾਹ 'ਚ ਸਾਰੇ ਸੇਫ ਆ ਗਏ, ਯਾਨੀ ਕੋਈ ਟੁੱਕ ਵੱਡ ਨਹੀਂ ਹੋਈ, ਕਿੱਥੇ ਆ ਕੇ ਵਸੇ ਪਹਿਲਾਂ, ਕਿੱਧਰੋਂ ਦੀ ਕਿੱਥੇ ਆਏ? ਅਸੀਂ ਆਏ ਉੱਥੋਂ ਜਿਸ ਵੇਲੇ ਨਿਕਲਿਆ ਨਾ, ਕੁਹਾੜੇ ਵਿੱਚੋਂ ਅਸੀਂ ਮੁੜ ਨਿਕਲੇ ਹਾਂ ਛੱਕੜ, ਅਤੇ ਉੱਥੋਂ ਅਸੀਂ 50 ਚੱਕ ਆ ਗਏ ਉੱਠ ਕੇ ਰਾਤ ਨੂੰ, ਠੀਕ ਹੈ। ਸਾਨੂੰ ਪਿਛਾਂ ਪਾਉਣ 'ਤੇ ਵੇਖਣ ਵੀ ਨਹੀਂ ਦਿੱਤਾ, ਮਗਰੋਂ ਆਠ ਇੰਨੀ ਉਲਟੀ ਹੈ ਨਾ ਇੱਕ ਵਾਰੀ ਮੁਸਲਮਾਨਾਂ ਦੀ, ਬਈ ਜੇ ਸਾਰੀ ਪਿਛਾਂ ਪਾਉਂਦੇ ਉਹਨਾਂ ਸਾਨੂੰ ਵੇਖਣ ਵੀ ਨਹੀਂ ਦਿੱਤਾ, ਅਤੇ ਬਸ ਅਸੀਂ ਉਹਨਾਂ 50 ਚੱਕ ਗਏ। ਜੱਟਾਂ ਦਾ ਪਿੰਡ ਆ, ਉਸ ਜੱਟਾਂ ਦੇ ਕੋਲ ਬੰਦੂਕਾਂ ਮਦਾਕਾਂ ਜਾਂ ਸਾਡੇ ਕੋਲ ਕੋਈ ਨਹੀਂ ਹਾਸਲਾ, ਉੱਥੇ ਮੁੜੋ ਨਹੀਂ ਆਉਣ ਵੜੇ। ਰਾਤ ਅਸਾਂ ਉੱਥੇ ਕੱਟੀ 50 ਚੱਕ, ਅਤੇ ਸਵੇਰੇ ਉੱਥੇ ਰੋਟੀ ਪਾਣੀ ਬਣਾਉਂਦੇ ਪਏ, ਅਤੇ ਹੈਲੀਕਾਪਟਰ ਉੱਤੇ ਆਉਣ ਘੁੰਮਿਆ, ਅਤੇ ਉਹ ਆਪਣੇ ਬੰਦੇ ਦਾ ਆਖਣ ਵੀ ਖਬਰੇ ਕਿਸੇ ਸੱਟੂ ਉੱਤੋਂ ਤਾਂ ਮਾਰੂ ਹੈ ਆਪਾਂ ਨੂੰ,
ਅਤੇ ਉਹਨਾਂ ਜਿਹੜਾ ਨਾ ਉਹਨਾਂ ਸੱਟਿਆ ਉੱਤੋਂ ਇਸ਼ਤਿਹਾਰ ਵੀ ਤੁਸੀਂ ਪੱਕੀ ਸੜਕ ਚਾੜਿਆ ਹੋ ਅੱਛਾ ਅਤੇ ਪਾਰ ਲੰਘ ਜਾਣਾ ਤੁਸੀਂ ਹੈਡ ਤੋਂ ਇੱਦਾਂ ਤੁਸੀਂ ਨਹੀਂ ਰਾਣਾ ਕਿਹੜਾ ਹੈਡ ਸੀ ਹੈਡ ਆ ਸੁਲੇਮਾਨ ਫਾਜ਼ਿਲਕਾ ਫਾਜ਼ਿਲਕਾ ਉਹ ਕਿੱਥੇ ਕੋਈ ਤਵਾ ਪਿਆ ਕਿ ਪਰਾਤ ਪਈ ਉੱਥੇ ਛੱਡੀ ਅਤੇ ਬਾਈ ਅਤੇ ਸੜਕਾਣ ਚੜੇ ਅਤੇ ਮੁੜ ਇਹ ਜਿਹੜੇ ਖੋਤੀਪੁਰ ਵਾਲੇ ਨੇ ਇਹ ਲੰਘ ਗਏ ਨੇ ਹੈਡ ਦੇਣ ਦੇ ਇੱਕ ਵਜੇ ਅਸੀਂ 3 ਵਜੇ ਰਾਤ ਦੇ ਲੰਘੇ ਉੱਥੋਂ ਅਸੀਂ ਮੁੜ ਥੋੜ੍ਹੇ ਜਿਹੇ ਪਿਛਾ ਹੈ ਨਾ ਅਤੇ ਠਹਿਰ ਅਤੇ ਰਾਹ ਵਿੱਚ ਦਾੜੀ ਵੀ ਪੈ ਜਾਂਦੇ ਆ ਸਾਨੂੰ ਪਰ ਟੋਲੀਆਂ ਬਣਾ ਬਣਾ ਕੇ ਹਮਲਾ ਕਰਦੇ ਆ ਪਰ ਬੜਿਆ ਕਿਸੇ ਦਾ ਕੋਈ ਨਹੀਂ ਸਾਡੇ ਬੰਦੇ ਨਾਲ ਮਿੰਟਰੀ ਆਈ ਉਹ ਜ਼ੋਰ ਲਾ ਤੇ ਸਾਨੂੰ ਸੰਭਾਲੀ ਨੁਕਸਾਨ ਨਹੀਂ ਹੋਇਆ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਤੇ ਪਸ਼ੂ ਪਸ਼ੂ ਲੈ ਆਉਂਦੇ ਸੀ ਉੱਧਰ ਕੋਈ ਪਸ਼ੂ ਨਹੀਂ ਆਉਂਦਾ ਗੱਡੇ ਜਿਹਦੇ ਉੱਤੇ ਬੱਚੇ ਚੜਾ ਤੇ ਲੈ ਆਉਂਦੇ ਬਸ ਬਾਕੀ ਕੁਝ ਨਹੀਂ ਲੈ ਕੇ ਬਾਕੀ ਕੁਛ ਨਹੀਂ ਜਿੱਥੇ ਕੋਈ ਆਏ ਉੱਥੇ ਛੱਡ ਦਿੱਤਾ ਬੜਾ ਦੁੱਖ ਮਾਲ ਜੰਗਰ ਮੱਝਾਂ ਗਾਵਾਂ ਜ ਬਲਦ ਜੁੱਤੇ ਜਿਹੜੇ ਆ ਗੱਡਿਆਂ 'ਤੇ ਉਹ ਲਾਏ ਤਾਂ ਅਸੀਂ ਤੁਰ ਪਏ ਹਾਂ ਬਸ ਹੋਰ ਕੁਝ ਕ ਨਹੀਂ ਚਾਹਿਆ ਅਤੇ ਬਸ ਮੁੜਾ ਇੱਥੇ ਆ ਗਏ ਅੱਛਾ ਇੱਥੇ ਫਿਰ ਕਿੱਥੇ ਪਹਿਲਾਂ ਤੁਹਾਨੂੰ ਬੈਠਣ ਨੂੰ ਦਿੱਤਾ ਗਿਆ ਆਉਂਦੇ ਫਾਜ਼ਿਲਕੇ ਆ ਬੜੇ ਠੀਕ ਹੈ ਅਸਲਾ ਦੁਆਲੇ ਦੁਆਲੇ ਆਦਮ ਜੋੜ ਗਿਆ ਇਕੱਠਾ ਹੋਇਆ ਅਤੇ ਇੱਕ ਬੰਦਾ ਮਰਿਆ ਪਿਆ ਰਾਤ ਦਾ ਕਿਤੇ ਅਤੇ ਆ ਫਰਿਆ ਪਿਆ ਅਤੇ ਮੇਰਾ ਮਾਮਾ ਹਿੰਮਤੀ ਬੜਾ ਉਹ ਆਉਂਦਾ ਯਾਰ ਆਪਾਂ ਇਹਨੂੰ ਕਜੀਏ ਜਾਂ ਮੁਲਕ ਸਾਰਾ ਉੱਤੇ ਮੁਸ਼ਕ ਪਿਆ ਆਉਂਦਾ ਅਤੇ ਆਪਾਂ ਰੋਟੀ ਪਾਣੀ ਕਰਨਾ ਹੈ ਅਤੇ ਉਹ ਕਈ ਫੜਦਾ ਮੂੰਹ ਸਿਰ ਬਲੇਟ ਅਤੇ ਉਹਨੂੰ ਲੱਗ ਪਿਆ ਕੱਜਣ ਅੱਧਾ ਕੁ ਉਹਨੂੰ ਕੱਜ ਰਿਹਾ ਅਤੇ ਇਦੋਂ ਆਦਮ ਜੋ ਭੱਜਿਆ ਨਾ ਮੁਸਲਮਾਨ ਮਗਰੂ ਗੋਲੀ ਚੱਲੀ ਉਹਨਾਂ ਨੂੰ ਮਾਰਦਾ ਉਹ ਕੋਈ ਡਿੱਗਦਾ ਜਾ ਹੁਣ ਬੇਡਾਂ ਤਰ੍ਹਾਂ ਵਿਚਾਰਾ ਕੋਈ ਉਹ ਥਰਿੜਦਾ ਜਾ ਬਾਂ ਬਾਂ ਹੋ ਗਈ ਅਸੀਂ ਉਹ ਜਿਹੜਾ ਹੈ ਸਾਡਾ 50 ਕੁ ਗਾਰਾ ਇਕੱਠਾ ਪਿੰਡ ਦਾ ਅਸੀਂ ਉੱਥੋਂ ਉੱਠੀ ਪਏ ਵੀ ਇਹ ਤਾਂ ਗੋਲੀ ਚੱਲਦੀ ਤਾਂ ਰਾਤ ਰਾਤੀ ਇੱਥੇ ਬਾਂ ਬਾਂ ਵੀ ਹੁੰਦੀ ਆਪਾਂ ਇੱਥੋਂ ਨਿਕਲੀਏ ਕਿਆ ਗਾ ਕਿ ਨਹੀਂ ਆਪਾਂ ਨੂੰ ਚਲਮੋ ਕਰੀਏ ਸਾਡੇ ਦੂਜੇ ਗਾਰ ਤਾਂ ਫਾਜ਼ਿਲਕਾ ਵਾਲੀ ਸੜਕ ਨੂੰ ਪੈ ਗਏ ਅਤੇ 9 ਗਾਰ ਅਸੀਂ ਗੱਡੇ ਅਬੋਹਰ ਵਾਲੀ ਸੜਕ ਨੂੰ ਪੈ ਗਏ ਰਾਤ ਆਈ ਕੋਈ ਪਤਾ ਨਾ ਲੱਗੇ ਕਿਤੇ ਜਾਣਾ ਹੈ ਨਾਲੇ ਇਹ ਏਰੀਆ ਕਿਹੜਾ ਤੁਸੀਂ ਵੇਖਿਆ ਇਹ ਕਿਹੜਾ ਅਸੀਂ ਏਰੀਆ ਵੇਖਿਆ ਹੋਇਆ ਉਹ ਕਸ਼ੀਆ ਸੜਕ ਆ ਜਾਂ ਉਸਨੇ ਅਸੀਂ ਕੋਈ 3 ਕੁ ਕਿਲੋਮੀਟਰ ਜਾ ਤਿੰਨ ਹੈਗਾ ਇੱਕ ਪਾਣੀ ਦਾ ਨਹਿਰ ਜੀ ਵਗੇ ਵੀ ਛੋਟੀ ਜਿਹੀ ਉੱਥੇ ਆਸਰਾ ਲਿਆ ਵੀ ਆਪਾਂ ਦਿਆ ਕੋਈ ਪਾਣੀ ਦਾਣੀ ਪੀਏ ਅਤੇ ਗਰਮੀ ਦਾ ਦਿਨ ਹੈ ਉੱਥੇ ਅਸਾਂ ਵੇਖਿਆ ਵੇਖਿਆ ਤਾਂ ਲੱਕੜ ਬਾਲਣ ਬੰਨਤੇ ਅਸਾਂ ਕੋਈ ਫੁਲਕੇ ਆਟਾ ਉੱਟੇ ਜੋਗਾ ਅਸੀਂ ਗੱਡਿਆਂ 'ਤੇ ਰੱਖਿਆ ਹੋਇਆ ਉੱਥੇ ਅਸੀਂ ਫੁਲਕੇ ਪਕਾ ਅਤੇ ਰਾਤ ਕੱਟੀ ਅਤੇ ਅਗਾਂ ਕਿਤੇ ਜਾਂਦੀ ਸੜਕ ਇਹ ਜਾਂਦੀ ਅਬੋਹਰ ਨੂੰ ਅਸੀਂ ਅਬੋਹਰ ਆਉਣ ਬੜੇ ਅਗਲੇ ਦੇ ਬਸ ਕੁਛ ਦਿਨ ਅਬੋਹਰ ਰਹੇ ਅਤੇ ਉੱਥੇ ਸਾਨੂੰ ਆਸੇ ਪਾਸੇ ਬਾਲਿਆ ਅਤੇ ਸਾਨੂੰ ਪਿੰਡ ਮਿਲਿਆ ਸਪਾ ਨਹੀਂ ਸਰਾਵਾਂ ਸਰਾਵਾਂ ਪਿੰਡ ਹੈ ਅਤੇ ਉੱਥੇ ਸਰਾਵਾਂ ਅਸੀਂ ਮੁੜ ਗਏ ਚਲੇ ਅਤੇ ਉਹ ਜਿਹੜੇ ਸਾਡੇ ਬੰਦੇ ਇਧਲੇ ਆਏ ਉਹ ਆ ਗਏ ਮੋਣਕੀ ਮੋਣਕੇ ਠਾੜ ਇਹ ਸਾਨੂੰ ਬਾਲਦੇ ਬਾਲਦੇ ਵੀ ਸਾਡੇ ਬੰਦੇ ਕਿਤੇ ਖੜੀ ਗਏ ਉਸ ਲਈ ਮੋਬਾਈਲ ਤਾਂ ਹੁੰਦੇ ਨਹੀਂ ਹੈ ਨਾ ਮੋਬਾਈਲ ਹੁੰਦੇ ਸੀ ਨਾ ਸਾਧਨ ਹੁੰਦੇ ਨਾ ਕੋਈ ਸਾਧਨ ਹੁੰਦਾ ਬਾਲਦੇ ਬਾਲਦੇ ਇਹਨਾਂ ਮੁੜ ਸਾਨੂੰ ਜਾ ਬਾਲਿਆ ਉਸ ਸੁਪਾਲਾ 'ਚ ਇਹ ਸਨ ਬਾਪੂ ਬਾਗ ਰਾਮ ਜੀ ਅਤੇ ਪੁਰਾਣਾ ਪਿੰਡ ਜਿਹੜਾ ਹੈਗਾ ਸੀ ਇਹਨਾਂ ਦਾ ਖੋਤੀਪੁਰ ਪਿੰਡ ਹੈਗਾ ਸੀ ਦੁਪਾਲਪੁਰ ਦੇ ਨੇੜੇ ਜਿੱਥੇ ਬਾਬੇ ਭੁੰਮਣ ਸ਼ਾਹ ਦਾ ਵੱਡਾ ਡੇਰਾ ਹੈਗਾ ਅੱਜ ਵੀ ਮੌਜੂਦ ਹੈ ਉਹ ਬਿਲਡਿੰਗ ਅੱਜ ਵੀ ਖੜੀ ਹੈਗੀ ਆਸ਼ਰਮ ਅੱਜ ਵੀ ਖੜਾ ਹੈ ਅਤੇ ਪਿੰਡ ਲਾਲੇਵਾਲਾ ਵੀ ਇਹਨਾਂ ਤੋਂ ਦੂਰ ਕੁਝ ਦੂਰੀ 'ਤੇ ਸੀ ਜਿੱਥੇ ਦੱਸਦੇ ਸਾਡੇ ਬਜ਼ੁਰਗ ਜਾ ਕੇ ਮੇਲਾ ਦੇਖਦੇ ਸੀ ਯਾਦ ਗੁਰਦਾਸ ਮਾਨ ਹੋਰਾਂ ਦਾ ਗੀਤ ਹੈ ਮੁੜ ਮੁੜ ਯਾਸਤਾਵੇ ਪਿੰਡ ਦੀਆਂ ਗਲੀਆਂ ਦੀ ਅਤੇ ਖੋਤੀਪੁਰ ਜਿਹੜਾ ਪਾਕਿਸਤਾਨ ਦਾ ਪਿੰਡ ਹੈ ਲਹਿੰਦੇ ਪੰਜਾਬ ਦਾ ਪਿੰਡ ਹੈ ਉਸ ਪਿੰਡ ਦੀ ਯਾਦ ਜ਼ਰੂਰ ਆਉਂਦੀ ਹੈ ਬਾਪੂ ਕਹਿੰਦੇ ਪਰਮਿਟ ਤਾਂ ਬਣਵਾ ਰੱਖਿਆ ਕਹਿਣ ਤੋਂ ਬਾਵੇ ਇਹਨਾਂ ਦਾ ਪਾਸਪੋਰਟ ਤਾਂ ਹੈਗਾ ਪਰ ਵਿਜੇ ਦਾ ਇੰਤਜ਼ਾਰ ਹੈਗਾ
ਕੋਸ਼ਿਸ਼ ਰਹੂਗੀ। ਬਾਪੂ ਪਾਕਿਸਤਾਨ ਜ਼ਰੂਰ ਜਾਵੇ, ਆਪਦੇ ਉਸ ਪਿੰਡ ਜ਼ਰੂਰ ਜਾਵੇ, ਉਸ ਪਿੰਡ ਦੀਆਂ ਗਲੀਆਂ ਜ਼ਰੂਰ ਦੇਖੇ। ਜਿਸ ਪਿੰਡ ਦੀਆਂ ਗਲੀਆਂ ਦੇ ਵਿੱਚ 17 ਸਾਲ ਬਾਪੂ ਉਸ ਪਿੰਡ ਦੀਆਂ ਗਲੀਆਂ 'ਚ ਘੁੰਮਿਆ ਹੋਊਗਾ, ਉਹ ਯਾਦਾਂ ਜਿਹੜੀਆਂ ਨੇ ਜ਼ਰੂਰ ਜੁੜੀਆਂ ਹੋਈਆਂ ਨੇ। ਇਸੇ ਤਰ੍ਹਾਂ ਦਾ ਵੀਡੀਓ ਜਿਹੜੇ ਹੈਗੇ ਅਸੀਂ ਤੁਹਾਡੇ ਨਾਲ ਲੈ ਕੇ ਆਉਂਦੇ ਰਹਿੰਦੇ ਹਾਂ। ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ, ਅਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼, ਲੋਕਾਂ ਦਾ ਚੈਨਲ, ਤੁਹਾਡਾ ਖੁਦ ਦਾ ਗੁਰੂ ਹਰਸਾਹਿਬ ਲਾਈਵ।